ਲਕਸ਼ਮਣ ਸ਼੍ਰੀ ਹਰਿਮੰਦਰ ਸਾਹਿਬ ਦੇ ਵਿੱਚ ਲੰਗਰ ਹਾਲ ਦੇ ਬਾਹਰ ਪਿਛਲੇ ਇੱਕ ਮਹੀਨੇ ਤੋਂ ਕਾਰ ਸੇਵਾ ਕੀਤੀ ਜਾ ਰਹੀ ਹੈ। ਲੰਗਰ ਹਾਲ ਦੇ ਬਾਹਰ ਪੱਥਰ ਲਗਾਉਣ ਦਾ ਕੰਮ ਵੀ ਜਾਰੀ ਹੈ। ਅਜੇ 15 ਦਿਨ ਹੋਰ ਚੱਲੇਗੀ ਇਹ ਕਾਰ ਸੇਵਾ। ਸੋ ਇਸ ਕਾਰ ਸੇਵਾ ਦੇ ਵਿੱਚ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਹਿੱਸਾ ਲੈ ਰਹੇ ਹਨ। ਸ਼ਰਧਾਲੂ ਇਸ ਕਾਰ ਸੇਵਾ ਦੇ ਵਿੱਚ ਹਿੱਸਾ ਲੈ ਕੇ ਖੁਦ ਨੂੰ ਖੁਸ਼ਕਿਸਮਤ ਸਮਝ ਰਹੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੋਹਾਲੀ ਤੋਂ ਹੈ ਜੀ, ਇੱਥੇ ਸੇਵਾ ਕਰ ਰਿਹਾ। ਗੁਰੂ ਰਾਮਦਾਸ ਮਹਾਰਾਜ ਦੇ ਘਰ ਦੀ ਸੇਵਾ ਚੱਲ ਰਹੀ ਹੈ। ਹਾਂਜੀ, ਉੱਚੇ ਭਾਗ ਹੈ, ਸਾਨੂੰ ਗੁਰੂ ਨੇ ਸੇਵਾ ਦਿੱਤੀ ਆ। ਗੁਰੂ ਖੁਦ ਸਾਡੇ ਤੋਂ ਸੇਵਾ ਕਰਵਾ ਰਹੇ ਨੇ, ਸਾਰੀਆਂ ਸੰਗਤਾਂ ਤੋਂ ਕਰਵਾ ਰਹੇ ਨੇ। ਖੁਸ਼ੀ ਹੁੰਦੀ ਹੈ ਮਨ ਦਿਨ ਨੂੰ, ਬਹੁਤ ਵਧੀਆ ਸੇਵਾ। ਨਹੀਂ, ਮੱਥਾ ਟੇਕ ਨਹੀਂ ਆਇਆ ਸੀ, ਸਾਨੂੰ ਪਤਾ ਨਹੀਂ ਸੀ ਸੇਵਾ, ਔਰ ਬਹੁਤ ਵਧੀਆ ਲੱਗ ਰਿਹਾ। ਕਰਮਾਂ ਨਾਲ ਮਿਲਦੀ ਸੇਵਾ। ਹਾਂਜੀ।